ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਤੇ ਦੁਪਹਿਰ 2 ਵਜੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਆ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਮੌਨਸੂਨ ਜਿਹੜਾ ਸਰਗਰਮ ਨਹੀਂ ਹੈ ਕੱਲ ਨਮੀ ਤੇ ਗਰਮੀ ਦੇ ਵਿੱਚ ਵਾਅਦਾ ਦੇਖਣ ਨੂੰ ਮਿਲਿਆ ਸੀ ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ 1.5 ਡਿਗਰੀ ਦਾ ਵਾਧਾ ਹੋਇਆ ਹੈ ਅੱਜ ਮੀਂਹ ਦੀ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਅਜਿਹੀਆਂ ਚੇਤਾਵਨੀਆਂ ਪਹਿਲਾਂ ਵੀ ਉਲਟ ਪੈਗੀਆਂ ਨੇ ਕਿਉਂਕਿ ਬਿਨਾਂ ਚੇਤਾਵਨੀ ਦੇ ਵੀ ਮੀਂਹ ਪੈਂਦਾ ਦਿਖਾਈ ਦਿੱਤਾ ਤੇ ਹੁਣ ਜੋ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 21 ਜੁਲਾਈ ਤੋਂ ਬਾਅਦ ਮੌਨਸੂਨ ਇੱਕ ਵਾਰ ਫਿਰ ਤੋਂ ਸਰਗਰਮ ਹੋ ਜਾਏਗਾ ਮਾਈਕਰੋਸਾਫਟ ਦੇ ਸਰਵਰ ਦੇ ਵਿੱਚ ਤਕਨੀਕੀ ਖਰਾਬੀ ਆਉਣ ਦੇ ਕਰਕੇ ਦੁਨੀਆ ਭਰ ਦੇ ਵਿੱਚ ਬੈਂਕਿੰਗ ਸੈਕਟਰ 에ਅਰਲਾਈਨਸ ਦੇ ਨਾਲ ਦੀ ਨਾਲ ਨਿਊਜ਼ ਚੈਨਲਾਂ ਦੇ ਵਿੱਚ ਅੱਜ ਕੰਮ ਠੱਪ ਦਿਖਾਈ ਦਿੱਤਾ ਹੈ ਮਾਈਕਰੋਸਾਫਟ ਦੇ ਵਿੱਚ ਤਕਨੀਕੀ ਖਰਾਬੀ ਆਈ ਹੈ ਜਿਸ ਕਰਕੇ ਉਡਾਨਾਂ ਤੋਂ ਲੈ ਕੇ ਬੈਂਕਿੰਗ ਤੇ ਨਿਊਜ਼ ਚੈਨਲਾਂ ਦਾ ਸੰਚਾਲਨ ਜਿਹੜਾ ਆ ਉਹ ਨਹੀਂ ਹੋ ਪਾਰਿਆ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਆਈ ਸਮੱਸਿਆ ਦੇ ਕਾਰਨ ਦੁਨੀਆ ਭਰ ਦੇ ਵਿੱਚ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਤੇ ਕੁਝ ਨੂੰ ਉਡਾਨਾਂ ਨੂੰ ਦੇਰੀ ਦੇ ਨਾਲ ਰਵਾਨਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਭਾਰਤ ਦੀਆਂ ਵੀ ਚਾਰ 에ਅਰਲਾਈਨਸ ਇਸ ਦੇ ਲਪੇਟ ਦੇ ਵਿੱਚ ਆ ਗਈਆਂ ਨੇ ਜਿਸ ਦੇ ਵਿੱਚ ਇੰਡੀਗੋ ਐ ਸਪਾਈਸ ਜੈਟ ਆਕਾਸ਼ਾ 에ਅਰਲਾਈਨ ਹੈਗੀ ਐ ਫਿਰ ਇੰਡੀਆ 에ਅਰ ਇੰਡੀਆ ਐਕਸਪ੍ਰੈਸ ਇਹਨਾਂ ਨੇ ਦੱਸਿਆ ਕਿ ਬੁਕਿੰਗ ਚੈੱਕ ਇਨ ਤੇ ਫਲਾਈਟ ਅਪਡੇਟ ਸੇਵਾਵਾਂ 'ਮਾ ਤਕਨੀਕੀ ਸਮੱਸਿਆ ਦੇ ਕਾਰਨ ਪ੍ਰਭਾਵਿਤ ਹੋ ਗਈਆਂ ਨੇ ਹਵਾਈ ਅੱਡੇ ਤੇ ਸੇਵਾਵਾਂ ਦੀ ਘਾਟ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਮਾਈਕਰੋਸਾਫਟ ਦਾ ਕਲਾਉਡ ਜਿਹੜਾ ਹੈ ਉਹ ਕਾਫੀ ਡਾਊਨ ਚਲਾ ਗਿਆ ਜਿਸ ਕਰਕੇ ਇਹ ਸਾਰੀ ਸਮੱਸਿਆ ਖੜੀ ਹੋਈ ਹੈ ਮਾਈਕਰੋਸਾਫਟ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਇਸ ਮੁੱਦੇ ਤੇ ਜਾਣੀਆਂ ਇਸ ਮੁੱਦੇ ਤੋਂ ਜਾਣੂ ਆ ਤੇ ਇਸ ਸੰਬੰਧੀ ਸਾਡੀਆਂ ਟੀਮਾਂ ਸਮੱਸਿਆ ਹੱਲ ਕਰਨ ਦੇ ਲਈ ਲਗਾਤਾਰ ਜੁੜੀਆਂ ਹੋ ਗੀਆਂ ਨੇ ਪੰਜਾਬ ਦੇ ਅੰਦਰ ਹੁਣ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀਆਂ ਜ਼ੋਰਾਂ ਤੇ ਸ਼ੁਰੂ ਹੋ ਗਈਆਂ ਨੇ ਅੱਜ ਸੀਐਮ ਭਗਵੰਤ ਮਾਨ ਦੇ ਵੱਲੋਂ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਅੱਜ ਦੁਪਹਿਰ ਹੋਣ ਜਾ ਰਹੀ ਹੈ ਜੋ ਜਾਣਕਾਰੀ ਮਿਲੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਸੱਦੀ ਗਈ ਮੀਟਿੰਗ ਦੇ ਵਿੱਚ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਜਾਣਕਾਰੀ ਦੇ ਮੁਤਾਬਕ ਰਾਜ ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਅੰਤਿਮ ਵੋਟਰ ਸੂਚੀ ਤਿਆਰ ਕਰਨ ਦੇ ਹੁਕਮ ਦਿੱਤੇ ਨੇ ਹਾਲਾਂਕਿ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪਿੰਡਾਂ ਦੀ ਵਾਰਡਬੰਦੀ ਅਤੇ ਰਾਕਵੇਂਕਰਨ ਸੰਬੰਧੀ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਸਨ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ ਇੱਕ ਅਣਪਛਾਤੀ ਕਾਰ ਵੱਲੋਂ ਵੱਡੇ ਅਧਿਕਾਰੀ ਦੀ ਪਾਰਕਿੰਗ ਦੇ ਵਿੱਚ ਉਸ ਨੂੰ ਖੜਾ ਕਰ ਦਿੱਤਾ ਗਿਆ ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਭੱਜੜਾ ਪੈ ਗਈਆਂ हरियाणा ਦੀ ਸਖਤਰੇਤ ਵੀ ਇੱਥੇ ਹੀ ਇਸੇ ਹੀ ਮੰਜ਼ਲ ਦੇ ਵਿੱਚ ਬਣੀ ਹੋਈ ਹੈ ਇੱਥੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਹੋਰ ਮੰਤਰੀਆਂ ਦੇ ਮੰਤਰਾਲੇ ਇੱਥੇ ਹੈਗੇ ਨੇ ਇੱਥੇ ਅਫਸਰ ਬੰਦੇ ਨੇ ਮੰਤਰੀ ਬੰਦੇ ਨੇ ਜਿਸ ਕਾਰਨ ਇਹ ਹਾਈ ਸਿਕਿਉਰਿਟੀ ਜ਼ੋਨ ਐਲਾਨਿਆ ਹੋਇਆ ਹੈ ਪਰ ਇਸ ਦੀ ਸੁਰੱਖਿਆ ਦਾ ਜ਼ਿਮਾ ਕੇਂਦਰੀ ਸੁਰੱਖਿਆ ਏਜੰਸੀ ਦੇ ਹੱਥ ਜਾਨਕਿ ਸੀਆਈਐਸਫ ਦੇ ਕੋਲ ਹੁੰਦਾ ਹੈ ਤਾਂ ਅਜਿਹੇ ਦੇ ਵਿੱਚ ਸਵਾਲ ਖੜਾ ਹੁੰਦਾ ਹੈ ਕਿ ਸਖਤਰੇਤ ਦੇ ਅੰਦਰ ਜਿਸ ਕਾਰ ਜੋ ਖੜੀ ਹੋਈ ਹੈ ਇਸ ਦੇ ਉੱਪਰ ਨਾ ਤਾਂ ਕੋਈ ਐਂਟਰੀ ਪਾਸ ਹੈ ਇਸ ਦੇ ਕੋਲ ਲੱਗਿਆ ਹੋਇਆ ਤੇ ਨਾ ਹੀ ਕੋਈ ਐਂਟਰੀ ਕਰਨ ਦੀ ਸਥਿਤੀ ਹੈ ਪਰ ਫਿਰ ਵੀ ਕਾਰ ਕਿਵੇਂ ਸੈਕਟਰੀਏਟ ਦੇ ਅੰਦਰ ਦਾਖਲ ਹੋਈ ਹੈ ਐਨਆਈਏ ਨੇ ਅੱਤਵਾਦੀ ਐਲਾਨੇ ਹੋਏ ਲਖਵੀਰ ਸਿੰਘ ਔਰ ਸੰਧੂ ਉਰਫ ਲੰਡਾ ਦੇ ਨੇੜੇ ਤੇ ਇੱਕ ਅਹਿਮ ਸਾਥੀ ਬਲਜੀਤ ਸਿੰਘ ਉਰਫ ਰਾਣਾ ਭਾਈ ਉਰਫ ਬੱਲੀ ਇਸ ਨੂੰ ਗ੍ਰਿਫਤਾਰ ਕਰ ਲਿਆ ਬਲਜੀਤ ਸਿੰਘ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਨਾਲ ਸੰਬੰਧਿਤ ਹੈ ਐਨਆਈਏ ਦੇ ਮੁਤਾਬਕ ਬੱਲੀ ਪੰਜਾਬ ਦੇ ਵਿੱਚ ਲੰਡਾ ਦੇ ਏਜੰਟਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਇੱਕ ਪ੍ਰਮੁੱਖ ਸਪਲਾਈਰ ਸੀ ਬੱਲੀ ਵੱਲੋਂ ਸਪਲਾਈ ਕੀਤੇ ਹਥਿਆਰ ਦਹਿਸ਼ਤੀ ਸਰਗਰਮੀਆਂ ਦੇ ਨਾਲ ਕਾਰੋਬਾਰੀਆਂ ਤੇ ਹੋਰਾਂ ਤੋਂ ਜ਼ਬਰੀ ਵਸੂਲੀ ਦੇ ਲਈ ਵਰਤੇ ਜਾਂਦੇ ਸਨ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇੱਕ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਹਾਸੇ ਦਾ ਸ਼ਿਕਾਰ ਹੋ ਗਏ ਨੇ ਸ਼ੂਟਿੰਗ ਦੇ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਜਾਂਦੀ ਹੈ ਅਤੇ ਹਾਸੇ ਦੇ ਦੌਰਾਨ ਕਰਨ ਔਜਲਾ ਦੇ ਮਾਮੂਲੀ ਸੱਟਾਂ ਵੀ ਲੱਗਦੀਆਂ ਨੇ ਇਸ ਦੇ ਵਿੱਚ ਉਹਨਾਂ ਦੀ ਗਰਦਨ ਦੀ ਹੱਡੀ ਟੁੱਟਣੋਂ ਬਚ ਜਾਂਦੀ ਹੈ ਇਹ ਜਾਣਕਾਰੀ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਉੱਪਰ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼ੂਟਿੰਗ ਦੇ ਦੌਰਾਨ ਹਾਦਸਾ ਵਾਪਰਿਆ ਤੇ ਮਸਾਂ ਉਹਨਾਂ ਦੀ ਗਰਦਨ ਟੁੱਟਣੋਂ ਬਚੀ ਹੈ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਜ਼ਿਲ੍ਹੇ ਦੇ ਖਿਡਾਰੀ ਦੀ ਆਰਥਿਕ ਮਦਦ ਕੀਤੀ ਹੈ ਖਾਣਾ ਦਾ ਰਹਿਣ ਵਾਲਾ ਕਮਾਂਤਰੀ ਪੈਰਾ ਐਥਲੀਟ ਕਾਰਾਟੇ ਖਿਡਾਰੀ ਤਰुण ਸ਼ਰਮਾ 9 ਲੱਖ ਰੁਪਏ ਦੇ ਕਰਜ਼ੇ ਦੇ ਹੇਠ ਦੁੱਬਿਆ ਹੋਇਆ ਸੀ ਜਦੋਂ ਕਰਨ ਔਜਲਾ ਨੂੰ ਇਹ ਖਬਰ ਮਿਲੀ ਤਾਂ ਉਸ ਨੇ ਸਾਰਾ ਕਰਜ਼ਾ ਮਿੰਟ ਦੇ ਵਿੱਚ ਹੀ ਖਤਮ ਕਰਵਾ ਦਿੱਤਾ ਇਹ ਜਾਣਕਾਰੀ ਆਪ ਐਥਲੀਟ ਤਰुण ਸ਼ਰਮਾ ਵੱਲੋਂ ਦਿੱਤੀ ਗਈ ਹੈ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਪਲੇਅਰ ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨਤਾਸ਼ਾ ਤੋਂ ਤਲਾਕ ਲੈ ਲਿਆ ਹੈ ਨਤਾਸ਼ਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ ਲਿਖਿਆ ਕਿ ਅਸੀਂ 4 ਸਾਲ ਤਕਰੀਬਨ ਇਕੱਠੇ ਰਹੇ ਹਾਂ ਤੇ 4 ਸਾਲ ਤੋਂ ਬਾਅਦ ਅਸੀਂ ਵੱਖ ਹੋਏ ਹਾਂ ਇਸ ਸਬੰਧੀ ਉਹਨਾਂ ਨੇ ਆਪਣੇ ਬੇਟੇ ਅਗਸਤਿਆ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿ ਅਗਸਤਿਆ ਸਾਡੇ ਦੋਵਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਰਹੇਗਾ ਅਸੀਂ ਦੋਵੇਂ ਉਸ ਨੂੰ ਹਰ ਸੰਭਵ ਖੁਸ਼ੀ ਦੇਣ ਦੀ ਕੋਸ਼ਿਸ਼ ਕਰਾਂਗੇ ਆਈਪਲ 2024 ਦੇ ਦੌਰਾਨ ਪੰਡਿਆ ਬੁਰੇ ਦੌਰ ਦੇ ਵਿੱਚੋਂ ਨਿਕਲ ਰਹੇ ਸਨ ਇੱਕ ਪਾਸੇ ਉਹਨਾਂ ਦਾ ਪਰਿਵਾਰ ਟੁੱਟ ਰਿਹਾ ਸੀ ਤੇ ਦੂਜੇ ਪਾਸੇ ਪੰਡਿਆ ਵੱਲੋਂ ਮਾੜੀ ਖੇਡ ਦੇ ਕਾਰਨ ਉਹਨਾਂ ਦਾ ਕੈਰੀਅਰ ਵੀ ਸਵਾਲਾਂ ਦੇ ਘੇਰੇ 'ਚ ਆ ਰਿਹਾ ਸੀ ਪੰਡਿਆ T20 ਵਿਸ਼ਵ ਕੱਪ 2024 ਦੇ ਵਿੱਚ ਵੀ ਟੀਮ ਇੰਡੀਆ ਦਾ ਹਿੱਸਾ ਸੀ ਤੇ ਇੱਕ ਵਧੀਆ ਉਹਨਾਂ ਨੇ ਖੇਡ ਦਾ ਇੱਥੇ ਪ੍ਰਦਰਸ਼ਨ ਕੀਤਾ ਬੰਗਲਾਦੇਸ਼ ਦੇ ਵਿੱਚ ਰਾਖਵੇਂ ਕਰਨ ਨੂੰ ਲੈ ਕੇ ਇੱਥੇ ਹੋ ਰਹੀ ਹਿੰਸਕ ਪ੍ਰਦਰਸ਼ਨ ਦੇ ਦੌਰਾਨ ਹੁਣ ਤੱਕ 29 ਮਾਫ ਕਰਨਾ 39 ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਦਰਸ਼ਨ ਵੀਰਵਾਰ ਬੀਤੇ ਪਿਛਲੇ ਹਫਤੇ ਤੋਂ ਸ਼ੁਰੂ ਹੋਇਆ ਸੀ ਪ੍ਰਦਰਸ਼ਨਕਾਰੀਆਂ ਨੇ ਢਾਕਾ ਦੇ ਵਿੱਚ ਇੱਕ ਸਰਕਾਰੀ ਟੀਵੀ ਹੈੱਡਕੁਆਰਟਰ ਨੂੰ ਆਗ ਲਗਾ ਦਿੱਤੀ ਸੀ ਇਸ ਦੇ ਨਾਲ ਹੀ ਉੱਥੇ ਖੜੇ ਵਾਹਨਾਂ ਨੂੰ ਵੀ ਆਗ ਲਗਾ ਦਿੱਤੀ ਸੀ ਦੇਸ਼ ਭਰ ਦੇ ਵਿੱਚ ਹਿੰਸਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਸਰਕਾਰ ਜਿਹੜਾ ਹੈ ਉਹਨਾਂ ਨੇ ਸਾਰੇ ਸਰਕਾਰੀ ਪ੍ਰਾਈਵੇਟ ਯੂਨੀਵਰਸਿਟੀਆਂ ਸਕੂਲਾਂ ਨੂੰ ਅਨੰਤ ਸਮੇਂ ਦੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਨੇ ਨਾਲ ਹੀ ਅਧਿਕਾਰੀਆਂ ਨੂੰ ਸਥਿਤੀ ਤੇ ਕਾਬੂ ਪਾਉਣ ਦੇ ਲਈ ਹੁਕਮ ਜਾਰੀ ਕਰ ਦਿੱਤੇ ਨੇ ਦਰਅਸਲ ਮੁੱਦਾ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਯੂਨੀਵਰਸਿਟੀ ਦੇ ਵਿਦਿਆਰਥੀ 1971 ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਲੜਨ ਵਾਲੇ ਸੈਨਿਕਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਰੱਖਵੇਂ ਕਰਨ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਰਾਖਵਾਕਰਨ ਖਤਮ ਕੀਤਾ ਜਾਵੇ ਬੰਗਲਾਦੇਸ਼ ਦੀ ਆਜ਼ਾਦੀ ਦੇ ਲਈ ਪਾਕਿਸਤਾਨ ਦੇ ਵਿਰੁੱਧ ਲੜਨ ਵਾਲਿਆਂ ਨੂੰ ਮੁਕਤੀ ਯੋਧਾ ਕਿਹਾ ਜਾਂਦਾ ਹੈ ਦੇਸ਼ ਦੇ ਵਿੱਚ ਸਰਕਾਰੀ ਨੌਕਰੀਆਂ ਦਾ 1/3 ਹਿੱਸਾ ਉਹਨਾਂ ਦੇ ਬੱਚਿਆਂ ਦੇ ਲਈ ਰਾਖਵਾ ਕੀਤਾ ਹੋਇਆ ਹੈ ਚਿੱਲੀ ਅਰਜنٹੀਨਾ ਸਰਹੱਦੀ ਖੇਤਰ ਦੇ ਵਿੱਚ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਨੇ ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 7.1 ਮਾਪੀ ਗਈ ਹੈ ਤੇ ਜੋ ਜਾਣਕਾਰੀ ਮਿਲੀ ਹੈ ਕਿ ਚਿੱਲੀ ਅਰਜنٹੀਨਾ ਸਰਹੱਦੀ ਖੇਤਰ ਦੇ ਵਿੱਚ ਸਵੇਰੇ 7:20 ਮਿੰਟ ਤੇ ਇਹ ਭੁਚਾਲ ਆਇਆ ਸੀ ਤੇ ਇਸ ਦਾ ਕੇਂਦਰ ਜਿਹੜਾ ਹੈ ਸੈਨ ਪੈਡਰੋ ਡੇ ਅਟਾਕਾਮਾ ਸ਼ਹਿਰ ਤੋਂ ਤਕਰੀਬਨ 41 ਕਿਲੋਮੀਟਰ ਦੱਖਣ ਪੂਰਬੀ ਦੇ ਵਿੱਚ 128 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਹੋਇਆ ਸੀ ਫਿਲਹਾਲ 2 ਵਜੇ ਦੀਆਂ ਖਾਸ ਖਬਰਾਂ ਦੇ ਵਿੱਚ ਨਾ ਹੀ ਮਿੰਦ ਇਜਾਜ਼ਤ ਤਾਨਵਾ